ਸਤਿ ਸ਼੍ਰੀ ਅਕਾਲ ਜੀ, ਮੈਂ ਲਵਪ੍ਰੀਤ ਕੌਰ ਹਾਜ਼ਰਾਂ ਜੀ। ਸੁਖਵੀਰ ਕੌਰ ਸੁੱਖ ਦੁਆਰਾ ਲਿਖਿਆ ਗਿਆ ਨਾਵਲ ਇੱਕ ਆਖਰੀ ਸਹਾਰਾ ਦਾ ਭਾਗ ਅਰਮਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ। ਸ਼ੀਤਲ ਆਪਣੀ ਪੜ੍ਹਾਈ ਦੇ ਨਾਲ ਨਾਲ ਬ੍ਰੀਨ ਚੰਦਰ ਦੀ ਮੈਗਜ਼ੀਨ ਲਈ ਵੀ ਕੰਮ ਕਰਦੀ ਸੀ, ਜੋ ਕਿ ਉਸਨੂੰ ਬਹੁਤ ਸਕੂਨ ਦਿੰਦਾ ਸੀ। ਛੋਟੀਆਂ ਮੋਟੀਆਂ ਆਪਣੇ ਆਸੇ ਪਾਸੇ 'ਚ ਫੈਲੀਆਂ ਹੋਈਆਂ ਬੁਰਾਈਆਂ ਨੂੰ ਇਕੱਠਾ ਕਰਕੇ ਆਪਣੀ ਕਲਮ ਬੰਦ ਕਰਨਾ ਉਸਦਾ ਸ਼ੌਂਕ ਬਣ ਗਿਆ ਸੀ। ਜਿੰਦਰ ਨੂੰ ਵੀ ਕੰਮ ਦੀ ਲੋੜ ਸੀ, ਸੋ ਵੀਰੇਨ ਚੰਦਰ ਦੇ ਦਫ਼ਤਰ 'ਚ ਬਹੁਤ ਲੋਕ ਆਪਣੇ ਛੋਟੇ ਛੋਟੇ ਇਸ਼ਤਿਹਾਰ ਵੀ ਛਪਾਉਣ ਲਈ ਆਉਂਦੇ ਸੀ, ਇਸ ਲਈ ਜਿੰਦਰ ਨੂੰ ਆਪਣੇ ਵਾਸਤੇ ਕੰਮ ਟੋਲਣ ਦੀ ਦਿੱਕਤ ਨਹੀਂ ਆਈ। ਸ਼ੀਤਲ ਨੇ ਇੱਕ ਸ਼ਾਮ ਉਸਦੇ ਢੰਗ ਦੀ ਨੌਕਰੀ ਵੇਖ ਕੇ ਉਸਨੂੰ ਕਹਿ ਦਿੱਤਾ ਸੀ। ਸ਼ਹਿਰ ਦੇ ਨਾਮੀ ਗ੍ਰਾਮੀ ਲੱਕੜੀ ਦਾ ਕਾਰੋਬਾਰ ਕਰਨ ਵਾਲੇ ਕੇਸ਼ਵਾਨੰਦ ਦਾ ਡਰਾਈਵਰ ਰਖਵਾ ਦਿੱਤਾ ਸੀ। ਪਾਸ਼ੋ ਘਰ ਹੀ ਰਹਿੰਦੀ ਸੀ ਅਤੇ ਜਿੰਦਰ ਦਾ ਹੁਣ ਸਵੇਰੇ ਕੰਮ 'ਤੇ ਜਾਣਾ, ਦੇਰ ਰਾਤ ਤੱਕ ਵਾਪਸ ਆਉਣਾ ਜਾਂ ਕਦੇ ਕਦੇ ਬਹੁਤ ਜਲਦੀ ਆ ਜਾਣਾ। ਜ਼ਿੰਦਗੀ ਸੋਹਣੀ ਆਪਣੀ ਪਟੜੀ 'ਤੇ ਚੱਲ ਪਈ ਸੀ। ਦਿਨ ਹਫ਼ਤਿਆਂ 'ਚ ਤਬਦੀਲ ਹੁੰਦੇ ਗਏ ਅਤੇ ਹਫ਼ਤੇ ਮਹੀਨਿਆਂ 'ਚ ਬਦਲਣ ਲੱਗੇ ਸੀ। ਇੱਕ ਸਮਾਂ ਇਹ ਵੀ ਆਇਆ ਕਿ ਪਾਸ਼ੋ ਅਤੇ ਜਿੰਦਰ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ, ਜਿਸ ਦਾ ਨਾਂ ਕਰਨ ਰੱਖਿਆ ਗਿਆ। ਪਰ ਕਹਿੰਦੇ ਨੇ ਤੁਹਾਡੀਆਂ ਯਾਦਾਂ ਦੇ ਪਰਛਾਵੇਂ ਕਦੇ ਅਤੇ ਅਸਲੀਅਤ 'ਚ ਤੁਹਾਡੇ ਸਾਹਮਣੇ ਆ ਕੇ ਖੜ੍ਹੇ ਹੋ ਹੀ ਜਾਂਦੇ ਨੇ। ਚਾਹੇ ਅਸੀਂ ਪਿੱਛੇ ਸਭ ਕੁਝ ਛੱਡ ਕੇ ਭੱਜ ਜਾਈਏ, ਇੱਕ ਦਿਨ ਵੀ ਅਜਿਹਾ ਨਹੀਂ ਹੁੰਦਾ ਕਿ ਰਾਤ ਨੂੰ ਸੌਣ ਸਮੇਂ ਚਾਹੇ ਕੁਝ ਖਾਂਦੇ ਪੀਂਦੇ ਜਾਂ ਕੋਈ ਕੰਮ ਕਰਦਿਆਂ ਕਦੇ ਉਹ ਪਿਛਲੇ ਯਾਦ ਨਾ ਆਏ ਹੋਣ। ਇਹੀ ਹਾਲ ਹੁਣ ਜਿੰਦਰ ਦਾ ਵੀ ਹੋਣ ਵਾਲਾ ਸੀ, ਜਦ 3 ਸਾਲ ਬਾਅਦ ਉਸਦਾ ਸਾਹਮਣਾ ਆਪਣੇ ਪਿੰਡ ਦੇ ਮਿੱਤਰ ਭੋਪੀ ਨਾਲ ਹੋਇਆ, ਜਦ ਉਹ ਵੀ ਲੱਕੜੀ ਦੇ ਮਾਲ ਦੀ ਢੋਆ ਢੁਆਈ ਕਰਨ ਦੇ ਲਈ ਕੇਸ਼ਵਾਨੰਦ ਕੋਲ ਪਹੁੰਚ ਗਿਆ। ਸ਼ਾਮ ਦਾ ਵੇਲਾ ਸੀ, ਭੋਪੀ ਥੋੜ੍ਹੀ ਬਹੁਤ ਸ਼ਰਾਬ ਪੀ ਲੈਂਦਾ ਸੀ। ਕੇਸ਼ਵਾਨੰਦ ਨਾਲ ਪੁਰਾਣੀ ਜਾਣ ਪਹਿਚਾਣ ਹੋਣ ਕਾਰਨ ਉਸਦੇ ਨਾਲ ਬੈਠ ਕੇ ਨਿੱਕੇ ਨਿੱਕੇ ਪੈਗ ਲਗਾ ਰਿਹਾ ਸੀ। ਇਹ ਨਹੀਂ ਕਿ ਅੱਜ ਭੋਪੀ ਪਹਿਲੀ ਵਾਰ ਆਇਆ ਸੀ ਜਿੰਦਰ ਦੇ ਇੱਥੇ ਕੰਮ ਕਰਦਿਆਂ, ਪਰ ਦੋਹਾਂ ਦੇ ਟਾਕਰੇ ਹੀ ਨਹੀਂ ਸੀ ਹੋਏ। ਔਰ ਬੋਲੋ ਭੋਪੀ, ਕੈਸਾ ਚੱਲ ਰਿਹਾ ਹੈ ਤੁਹਾਡਾ ਕਾਰੋਬਾਰ? ਆਪਣਾ ਪੈਗ ਖਤਮ ਕਰਕੇ ਦੂਜਾ ਪਾਉਂਦਾ ਹੋਇਆ ਕੇਸ਼ਵਾਨੰਦ ਕਹਿੰਦਾ ਹੈ, ਸਭ ਆਪ ਵਰਗੇ ਲੋਕਾਂ ਦੀ ਕਿਰਪਾ ਹੈ ਹਮ ਪਰ, ਅਗਰ ਤੁਸੀਂ ਨਾ ਹੋਵੋ ਤਾਂ ਹਮਾਰਾ ਟਰੱਕ ਕੈਸੇ ਚੱਲ ਸਕਦੇ ਹੈ? ਹਿੰਦੀ ਅਤੇ ਪੰਜਾਬੀ 'ਚ ਗੁੱਥਮ ਗੁੱਥਾ ਹੁੰਦਾ ਭੋਪੀ ਆਖਦਾ ਹੈ, ਐਸੇ ਕੈਸੇ ਹਮ ਇੱਕ ਦੂਸਰੇ ਕਾ ਸਹਾਰਾ ਹੈ, ਅਗਰ ਤੁਮ ਨਾ ਹੋ ਤੋ ਹਮਾਰਾ ਲੱਕੜੀ ਯਹਾਂ ਸੇ ਵਹਾਂ ਕੈਸੇ ਜਾਏਗਾ? ਬੋਲੋ। ਆਪਣਾ ਦੂਜਾ ਪੈਗ ਵੀ ਖਾਲੀ ਕਰਕੇ ਟੇਬਲ 'ਤੇ ਰੱਖਦੇ ਹੋਏ ਕੇਸ਼ਵਾਨੰਦ ਬੋਲਦਾ ਹੈ, ਮਤਲਬ ਹਮ ਇੱਕ ਦੂਜੇ ਪੁਰਖ ਹੋਤੇ ਹੈ। ਆਖਦੇ ਹੋਏ ਦੋਵੇਂ ਜਣੇ ਹੱਸਣ ਲੱਗ ਪੈਂਦੇ ਹਨ। ਉਸੇ ਸਮੇਂ ਘਰ ਦੇ ਨੰਬਰ ਤੋਂ ਕੇਸ਼ਵਾਨੰਦ ਲਈ ਫੋਨ ਆਉਂਦਾ ਹੈ ਅਤੇ ਜਿੰਦਰ ਨੂੰ ਆਵਾਜ਼ ਦਿੰਦਾ ਹੈ ਕਿ ਛੇਤੀ ਘਰ ਜਾਣਾ ਹੈ, ਕਾਰ ਲੈ ਕੇ ਆਵੇ, ਕਿਉਂਕਿ ਕੇਸ਼ਵਾਨੰਦ ਦੀ ਮਾਤਾ ਨੂੰ ਦਿਲ ਦਾ ਦੌਰਾ ਪੈ ਗਿਆ ਸੀ, ਉਸਨੂੰ ਛੇਤੀ ਹਸਪਤਾਲ ਵਿੱਚ ਬੁਲਾਇਆ ਗਿਆ ਸੀ। ਜਿਵੇਂ ਜਿੰਦਰ ਕਮਰੇ ਵਿੱਚੋਂ ਬਾਹਰ ਆ ਕੇ ਘਰ ਵੱਲ ਨੂੰ ਜਾਂਦਾ ਤਾਂ ਭੋਪੀ ਦੀ ਉਸੇ 'ਤੇ ਨਜ਼ਰ ਪੈ ਜਾਂਦੀ ਹੈ ਅਤੇ ਕੇਸ਼ਵਾਨੰਦ ਦੇ ਉੱਥੇ ਜਾਣ ਤੋਂ ਬਾਅਦ ਉਹ ਉੱਥੇ ਕੰਮ ਕਰਨ ਵਾਲੇ ਕਾਮਿਆਂ ਤੋਂ ਜਿੰਦਰ ਦੇ ਬਾਰੇ ਪੁੱਛਦਾ ਹੈ ਤਾਂ ਉਹ ਉਸਨੂੰ ਉਹਨਾਂ ਬਾਰੇ ਦੱਸਦੇ ਹਨ ਕਿ ਉਹ ਪਿਛਲੇ 3 ਸਾਲ ਤੋਂ ਕੇਸ਼ਵਾਨੰਦ ਦਾ ਡਰਾਈਵਰ ਹੈ ਅਤੇ ਬੰਦਾ ਵੀ ਚੰਗਾ ਹੈ। ਭੋਪੀ ਲਈ ਹੈਰਾਨੀ ਦੀ ਕੋਈ ਹੱਦ ਨਾ ਰਹੀ। ਇੱਕੋ ਪਿੰਡ ਦੇ ਹੁੰਦੇ ਹੋਏ ਉਸਨੂੰ ਇੱਕ ਵਾਰ ਵੀ ਪਤਾ ਨਾ ਲੱਗਿਆ ਕਿ ਜਿੰਦਰ ਕਲਕੱਤੇ ਰਹਿੰਦਾ ਹੈ। ਭੋਪੀ ਦਾ ਆਪਣਾ ਵੀ ਗੇੜਾ ਪੰਜਾਬ 'ਚ ਸ਼ਾਲ ਸ਼ਿਮਾਹੀ ਹੀ ਲੱਗਦਾ ਸੀ, ਸੋ ਕਦੇ ਉਸਦੇ ਮਾਂ ਬਾਪ ਨੂੰ ਮਿਲ ਕੇ ਉਸ ਬਾਰੇ ਕੁਝ ਜਾਣ ਵੀ ਨਾ ਸਕਿਆ। ਭੋਪੀ ਹੁਣ ਸਭ ਕੁਝ ਸਮਝ ਚੁੱਕਾ ਸੀ ਕਿ ਉਸ ਦਿਨ ਉਹ ਕੁੜੀ ਜਿੰਦਰ ਦੇ ਨਾਲ ਵੇਖੀ ਸੀ, ਉਹ ਦਰਅਸਲ ਉਸਦੇ ਨਾਲ ਭੱਜ ਕੇ ਆਈ ਸੀ। ਭੋਪੀ ਦਾ ਆਪਣਾ ਵੀ ਗੇੜਾ ਪੰਜਾਬ 'ਚ ਸ਼ਾਲ ਸ਼ਿਮਾਹੀ ਹੀ ਲੱਗਦਾ ਸੀ, ਸੋ ਕਦੇ ਜਿੰਦਰ ਦੇ ਮਾਂ ਬਾਪ ਨੂੰ ਮਿਲ ਕੇ ਉਸ ਬਾਰੇ ਕੁਝ ਜਾਣ ਵੀ ਨਾ ਸਕਿਆ। ਆਪਣੇ ਖਿਆਲਾਂ 'ਚ ਪਤਾ ਹੀ ਨਹੀਂ ਭੋਪੀ ਕੀ ਸਿਰਜ ਚੁੱਕਾ ਸੀ ਅਤੇ ਹੁਣ ਉਸਦਾ ਦਿਲ ਛੇਤੀ ਜਿੰਦਰ ਨੂੰ ਮਿਲਣ ਨੂੰ ਕਰਦਾ ਸੀ ਅਤੇ ਉਸਦੇ ਬਾਰੇ 'ਚ ਜਾਣਨ ਦੀ ਲਾਲਸਾ ਜਾਗ ਉੱਠੀ ਸੀ। ਜਿੰਦਰ ਆਪਣੇ ਮਾਲ ਕੇਸ਼ਵਾਨੰਦ ਨੂੰ ਲੈ ਕੇ ਹਸਪਤਾਲ ਵੱਲ ਨੂੰ ਹੋ ਜਾਂਦਾ ਹੈ ਅਤੇ ਉੱਥੇ ਪਹੁੰਚਦੇ ਹੀ ਪਤਾ ਚੱਲਦਾ ਹੈ ਕਿ ਕੇਸ਼ਵਾਨੰਦ ਦੀ ਮਾਂ ਆਖਰੀ ਸਾਹਾਂ 'ਤੇ ਹੈ। ਕੇਸ਼ਵਾਨੰਦ ਆਪਣੀ ਮਾਂ ਨੂੰ ਜਾ ਮਿਲਦਾ ਹੈ ਅਤੇ ਮਿੰਟਾਂ ਸਕਿੰਟਾਂ ਵਿੱਚ ਹੀ ਕੇਸ਼ਵਾਨੰਦ ਦੀ ਮਾਂ ਇਸ ਜਹਾਨ ਤੋਂ ਕੂਚ ਕਰ ਜਾਂਦੀ ਹੈ, ਜਿਵੇਂ ਉਸਦੇ ਨਾਲ ਹੀ ਆਖਰੀ ਵਾਰ ਗੱਲ ਕਰਨੀ ਹੋਵੇ। ਹੁਣ ਕੁਝ ਸਮੇਂ ਲਈ ਕੇਸ਼ਵਾਨੰਦ ਦੇ ਘਰ ਵਿੱਚ ਲੋਕਾਂ ਦਾ ਅਤੇ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਲੱਗਿਆ ਹੋਇਆ ਸੀ, ਜਿਸ ਕਰਕੇ ਜਿੰਦਰ ਘਰ ਹੀ ਹੁੰਦਾ ਸੀ। ਜਦ ਵੀ ਕੇਸ਼ਵਾਨੰਦ ਨੂੰ ਲੋੜ ਹੁੰਦੀ ਤਾਂ ਘਰ ਤੋਂ ਬੁਲਾ ਲੈਂਦਾ ਸੀ। ਅੱਜ ਵੀ ਉਹਦੀ ਮਾਂ ਦਾ 13ਵਾਂ ਸੀ, ਜਿੰਦਰ 3ਵੇਂ 'ਚ ਸ਼ਾਮਿਲ ਹੋਣ ਲਈ ਆਇਆ ਸੀ ਅਤੇ ਉੱਥੇ ਹੀ ਭੋਪੀ ਦੀ ਮੁਲਾਕਾਤ ਜਿੰਦਰ ਨਾਲ ਹੁੰਦੀ ਆ। ਕਿਵੇਂ ਆ ਜਿੰਦਰਾ? ਬਾਹਰ ਕੁਰਸੀ 'ਤੇ ਬੈਠੇ ਜਿੰਦਰ ਦੇ ਮੋਢੇ 'ਤੇ ਆ ਕੇ ਹੱਥ ਰੱਖਦੇ ਹੋਏ ਭੋਪੀ ਨੇ ਕਿਹਾ। ਭੋਪੀ ਬਾਈ, ਇੱਕ ਲੰਮਾ ਸਾਹ ਲੈਂਦੇ ਹੋਏ ਜਿੰਦਰ ਫਿਰ ਬੋਲਿਆ, ਮੈਂ ਠੀਕ ਹਾਂ, ਤੁਸੀਂ ਸੁਣਾਓ ਕਿਵੇਂ ਹੋ ਸਾਰੇ? ਭੋਪੀ ਨੂੰ ਇੰਝ ਆਪਣੇ ਸਾਹਮਣੇ ਖੜ੍ਹਾ ਵੇਖ ਕੇ ਕੁਛ ਨਹੀਂ ਸੀ ਦਿਮਾਗ 'ਚ ਆ ਰਿਹਾ, ਬਸ ਕੰਬਣੀ ਜਿਹੀ ਛਿੜ ਗਈ ਸੀ। ਅਸੀਂ ਸਭ ਵਧੀਆ, ਪਰ ਤੂੰ ਇੱਥੇ ਕਲਕੱਤੇ 'ਚ ਕਿਵੇਂ? ਭੋਪੀ ਨੇ ਸਭ ਕੁਝ ਜਾਣਨ ਦੀ ਮਨਸਾ ਨਾਲ ਪੁੱਛਿਆ। ਬਸ ਬਾਈ, ਸਮਝ ਲਓ ਦਾਣਾ ਪਾਣੀ ਖਿੱਚ ਲਿਆ ਆ, ਜਿੰਦਰ ਬਸ ਇੰਨਾ ਹੀ ਆਖ ਸਕਿਆ। ਜਦ ਤੱਕ ਕੇਸ਼ਵਾਨੰਦ ਦੇ ਲੱਕੜ ਦੇ ਕਾਰਖਾਨੇ 'ਤੇ ਜਾਣ ਦਾ ਸੁਨੇਹਾ ਆ ਗਿਆ ਅਤੇ ਜਿੰਦਰ ਉੱਥੋਂ ਚਲਾ ਗਿਆ,
पर भोपी की इच्छा उसनू पंजाब वालू भजा रही सी ता कि पिंड विजिंदर दे मापिया दी हालत पता लगन। भोपी अपना समान ट्रक च लोड करके पिंड वालू चल पिया ते दूजे पासे जिंदर आने वाले हर एक कुल तो भी खबर सी। एक भोपी बाई दे आने नाल जिंदर दी चल रही जिंदगी दी पटड़ी हुण अपने राह ते डावाडोल होण लग पई सी। भावें भोपी नाल कोई ज़्यादा गल नहीं सी हुई पर उसका दिल दिमाग शरीर नूं छड्ड गया अपने पिंड बापू दे वेड़े च पहुँच गया सी जिथे चारे पासे सिवियां वाली चुप फैली हुई सी। वह चुप चाप खड़ा किन्नी देर तक देखता रहा कि अचानक उसनू रसोई नाल बने वड्डे कमरे के अंदरों किसी दे रोन की आवाज़ खिंच लैंदी है। जब आके देखता है तो उसकी भूआ ती माँ बैठियां रो रही होंदियां ने ते बापू की फोटो नू वेख के जिंदर नू उलांभे दे रही सी। आप ते घर विंदर से पता नहीं किधर तुर गया ते बापू नू छड गया। इस दुनिया अंदर लोगों दियाँ सुनन वास्ते जे पता हुंदा तू इंज करना मैं तेनू जमदे ही मार दिंदी। जिंदर दे बेबे अपने सिर ते चिट्टी चुन्नी ले बैठी रो रही सी ते भूआ उसनू चुप करा रही सी। बस कर भाबो हुण इहनू कौन टाले जे लिख दिता करतार ने मैं भी थोड़े दर ते बैठी हाँ रंडी हुई। आखते हुए जिंदर की माँ नू अपनी बुक्कल च लैंदी आ। यह सब देखते हुए जिंदर की अपनी भी भुब निकल जाती आ। वह समझ चुका सी कि उसका पिता इस दुनिया नू अलविदा आ गया ते बुढ़ी दादी भी मंजे नाल लगी पई सी। अचानक फिर जिंदर नू विआह दे वाजे वजन की आवाज़ सुनाई दिंदी है। यह आवाज़ भूआ दे घरों आउंदी है। माँ नू दी विदाई हो रही हुंदी आ। लाल सुरख जोड़े च बहुत सोहनी लग रही हुंदी आ। होर अगे जाके देखता है तो लाड़ा भी नज़र आता है। ये जिंदर का दोस्त प्रताप से जग हसाई तो अपने आप को बचाने लिए जिंदर की माँ तो भूआ ने प्रताप के चाचे जीवन सिंह नाल गल करके माणू तो प्रताप का विआह कर दिता। डोली वाली कार जिवें सड़क पर भजन लगती है जिंदर उसके पिछे पिछे दौड़ता है। माणू प्रताप माणू अचानक एक रोड़े की ठोकर लगन नाल जिंदर डिग पैंदा है ते उसकी चीक निकल जाती है। पाशो फटाफट कोल आउंदी है ते उसनू सुत्ते नू हलाउंदी आ। जिंदर पसीने नाल तरव तर होया पिया सी। खुली अख ते पाशो नू वेख के उसने एक ठंडा सा लिया ते इह ते इक सुपना सी। करन किथे शीतल लै गई सी थोड़ी देर तक आ जाएगा पर तैनू की होया सी जिंदर तू चीक क्यों मारी। कुछ नहीं बस आए सुपना सी बहुत बुरा तू मेरे लिए चाह बना दे कहिंदा होया जिंदर उठ के बाथरूम च नहाउण लग पिया ते पाशो ने स्टोव बाल के चाह रख दी ते जिंदर दे चेहरे ते उतरे हुए रंग ने एक बार ते पाशो नू भी चिंतित कर दिता सी। भोपी दी इच्छा उसनू पंजाब वालू भजा रही सी ताकि पिंड विच जिंदर दे मापिया दी हालत पता लगन। भोपी अपना समान ट्रक च लोड करवा के पिंड वाल नू चल पिया ते दूजे पासे जिंदर आने वाली हर एक गल तो भी खफर सी। भोपी कलकत्ते तो अपना समान जो दिल्ली उतारना सी उतारदा होया पंजाब नू आउण लई होर लोड चुक के तुर पिया सी। हुण उस तो होर ज़्यादा इंतजार नहीं सी हो रहा बस छेती पहुँचने वाला सी। लोड़ नाल लद्दिया ट्रक अपने कामे दे हथ फड़ा के उसनू सब कुछ समझा के आप अपने पिंड वाली बस फड़ के बिच बैठ गया। पिंड पहुँचते ही अपने घर जाके नहा के पहला कपड़े बदले ते फिर अपने भरा गुरदास नाल बैठ के घर परिवार की गलबात सांझी की। फिर उसने अपने भरा नू जिंदर दे परिवार बारे सब कुछ पुछया तो उसे भरा ने दसिया कि यह गल तकरीबन 3 साल पहला दी आ जब जिंदर चला गया सी। बहुत लभन की कोशिश की पर सब बेकार बेकार इसलिए रहा कि इन्होंने पंजाब च पुछ पड़ताल की पंजाब तो बाहर नहीं आहो पर बाहर करदा कौन की पता सी किस कोने च लुक गया सी जाके। गुरदास ओ भाई ठीक है गलती मेरे तो भी हुई मैं दोबारा कदे इस गल वल ध्यान ही नहीं दिता ते इन्ना समा बीत गया। वैसे भी जद आउंदा सी तां रात बरात ही सब नू मिल के वापस अपना काम कार वेखण कलकत्ते नू मुड़ पैंदा सी। भोपी अपने भरा नू सब कुछ दसदा है। इस विच तेरा कोई दोष नहीं भुपिंदर ये ते होना ही सी जो कर्मा च लिखिया ही वंडना ही पैना चाहे पंजाब च रह के चाहे कलकत्ते च रह के। हुण मैं बाई नू सब कुछ दस देवां हो सकिया तां जिंदर नू वापस लैके आउण दी कोशिश भी करांगे। किहड़े बाई नू दसेगा सिवियां च जा के की सिवियां च भोपी हैरानी नाल कहिंदा है। आहो 6-7 महीने हो गए शहर वाली नहर तो उसके कपड़े ते जुत्ती मिले सी फिर हफ्ते पिछों गली हुई सड़ी एक लाश पछाण होई सी जिंदर दाई बापू सी गुरदास पर यह सब किसने क्यों किया। भोपी अपने नाल दे पिंड वाली हवेली वाले दी कुड़ी नाल जिंदर दा ठाका हो गया सी। अगला सामना करन तो शर्म उन्हें लग पिया। 2-2.5 साल बीत गए सी इस आस च कि एक दिन वापस आएगा पर एक दिन यही कदम चुक लिया ते तुर गया इस जहान तो। गुरदास मुंडे दी भी गलती आ बैठ के गल हो सकती सी पर पता नहीं अजकल दे जवाकां नू की होया है। भोपी पर तेनू अज अचानक यह सब किवें याद आ गया। गुरदास ये सब तो मैनू खिंच लिया आ काश थोड़ा समा पहला मैनू पता लग जाता
ਤਾਂ ਅੱਜ ਜਿੰਦਰ ਦਾ ਬਾਪੂ ਵੀ ਆਪਣੇ ਵਿੱਚ ਹੁੰਦਾ। ਤੁਹਾਨੂੰ ਦੱਸਿਆ ਤਾਂ ਹੈ, ਪੰਜਾਬ ਤੋਂ ਬਾਹਰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ। ਉਦਾਸ ਹੁੰਦੇ ਹੋਏ ਭੂਪੀ ਬੋਲਿਆ, ਕੀ ਮਤਲਬ ਆ ਤੇਰਾ, ਉਹ ਕਲਕੱਤੇ ਆ ਇਸ ਵੇਲੇ। ਆਹੋ ਵੀਰ, ਮੈਨੂੰ ਵੀ 15 ਦਿਨ ਪਹਿਲਾਂ ਮਿਲਿਆ ਸੀ ਉਹ, ਜਿਹੜਾ ਕੇਸ਼ਵਾਨੰਦ ਦਾ ਜਿਹਨਾਂ ਲੱਕੜ ਦਾ ਕਾਰੋਬਾਰ ਹੈ ਉਹਦੀ ਅੱਜ ਕੱਲ੍ਹ ਡਰਾਈਵਰੀ ਕਰ ਰਿਹਾ ਹੈ। ਹਮ ਫਿਰ ਤਾਂ ਪਰਿਵਾਰ ਨੂੰ ਦੱਸਣਾ ਬਣਦਾ ਹੈ, ਵਿਚਾਰੀਆਂ ਤੀਵੀਆਂ ਹੀ ਘਰ 'ਚ ਰਹਿ ਗਈਆਂ, ਮਰ ਤਾਂ ਕੋਈ ਰਿਹਾ ਹੀ ਨਹੀਂ। ਆਪਣੇ ਭਰਾ ਗੁਰਦਾਸ ਨੂੰ ਸਭ ਕੁਝ ਦੱਸ ਕੇ ਉਹ ਜਿੰਦਰ ਦੇ ਪਰਿਵਾਰ ਵਾਲਿਆਂ ਨੂੰ ਵੀ ਸਾਰੀ ਵਾਰ ਜਾ ਕੇ ਦੱਸਦਾ ਹੈ। ਇਹ ਖਬਰ ਮਿਲੀ ਤਾਂ ਨਾ ਤਾਂ ਪਰਿਵਾਰ ਵਾਲਿਆਂ ਨੂੰ ਕੋਈ ਖੁਸ਼ੀ ਸੀ ਅਤੇ ਨਾ ਹੀ ਦੁੱਖ ਸੀ, ਕਿਉਂਕਿ ਉਸਦੇ ਕਾਰਨ ਇੱਕ ਹੱਸਦਾ ਵੱਸਦਾ ਘਰ ਉਜੜ ਗਿਆ ਸੀ। ਪੁੱਪੀ ਦੇ ਦੱਸਣ ਦੀ ਦੇਰ ਸੀ ਕਿ ਜਿੰਦਰ ਦੀ ਮਾਂ ਨੇ ਪ੍ਰਤਾਪ ਨੂੰ ਸੁਨੇਹਾ ਲਾ ਕੇ ਘਰ ਸੱਦ ਲਿਆ। ਪੁੱਪੀ ਨਾਲ ਬਿਠਾ ਕੇ ਸਾਰੀ ਗੱਲਬਾਤ ਸਮਝਾਈ ਅਤੇ ਅੱਗੇ ਕੀ ਕਰਨਾ ਹੈ ਉਸਦੇ ਬਾਰੇ 'ਚ ਸਭ ਨੇ ਰਲ ਕੇ ਰਾਏ ਬਣਾਈ। ਜਿੰਦਰ ਨੂੰ ਵਾਪਸ ਲੈ ਕੇ ਆਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਿੰਦਰ ਇਸ ਸਭ ਤੋਂ ਬੇਖਬਰ ਸੀ। ਜਿੱਥੇ ਪੁੱਪੀ ਦੇ ਦੱਸਣ 'ਤੇ ਜਿੰਦਰ ਦੇ ਮਿਲਣ ਦੀ ਆਸ ਵੱਧ ਗਈ ਸੀ, ਉੱਥੇ ਦੂਜੇ ਪਾਸੇ ਜਿੰਦਰ ਨੂੰ ਇੱਕ ਅਜੀਬ ਬੇਚੈਨੀ ਘੇਰਨ ਲੱਗ ਪਈ ਸੀ। ਉਸਦਾ ਹਰ ਵਕਤ ਧਿਆਨ ਸੁਪਨੇ ਵਿੱਚ ਵੇਖੇ ਹੋਏ ਮੰਜ਼ਰ ਵੱਲ ਜਾਂਦਾ ਸੀ। ਕਿਵੇਂ ਨੇ ਬੇਬੇ ਅਤੇ ਬਾਪੂ, ਕਿਵੇਂ ਨੇ ਭੂਆ ਅਤੇ ਮਾਣੋ, ਆਖਿਰ ਸੱਚੀ ਕਿਤੇ ਵਿਆਹ ਹੋ ਗਿਆ ਮਾਨੋ ਅਤੇ ਪ੍ਰਤਾਪ ਦਾ, ਬਾਪੂ ਨੂੰ ਕੀ ਹੋਇਆ ਹੋਵੇਗਾ, ਪਿੰਡ 'ਚ ਕਿਵੇਂ ਦੀਆਂ ਕਨਸੋਈਆਂ ਹੋ ਰਹੀਆਂ ਹੋਣਗੀਆਂ। ਬਸ ਜਿੰਦਰ ਹਰ ਵੇਲੇ ਇਹਨਾਂ ਹੀ ਸਵਾਲਾਂ ਦੇ ਜਵਾਬ ਲੱਭਣ 'ਚ ਗੁਆਚਾ ਰਹਿੰਦਾ ਸੀ। ਪਾਸ਼ੋ ਵੀ ਉਸਦੇ ਬਦਲੇ ਹੋਏ ਰਵੱਈਏ ਤੋਂ ਵਾਕਿਫ ਹੋ ਗਈ ਸੀ। ਜਿੰਦਰ ਘਰ 'ਚ ਹੁੰਦੇ ਹੋਏ ਵੀ ਨਹੀਂ ਸੀ ਹੁੰਦਾ, ਜਿੰਦਰ ਕੰਮ 'ਤੇ ਹੀ ਗੁਆਚਾ ਰਹਿੰਦਾ ਸੀ। ਪਤਾ ਨਹੀਂ ਮਨ ਦੀਆਂ ਉਡਾਰੀਆਂ ਕਦ ਪੰਜਾਬ ਲੈ ਜਾਂਦੀਆਂ। ਐਵੇਂ ਹੀ ਇੱਕ ਦਿਨ ਕੇਸ਼ਵਾਨੰਦ ਦੇ ਨਾਲ ਜਿੰਦਰ ਜਾ ਰਿਹਾ ਸੀ ਤਾਂ ਜਲਦੀ ਕਾਰ 'ਚ ਉਸਦਾ ਸਿਰਫ ਸਰੀਰ ਸੀ, ਪਰ ਮਨ 'ਤੇ ਕਿਧਰੇ ਉਡਾਰੀ ਮਾਰ ਗਿਆ ਸੀ। ਉਸਨੂੰ ਸਾਹਮਣੇ ਤੋਂ ਆਉਂਦੇ ਟਰੱਕ ਦਾ ਵੀ ਪਤਾ ਨਾ ਲੱਗਾ, ਉਸ ਦਿਨ ਮਰਨ ਤੋਂ ਬਚ ਕੇ। ਜਿਕ ਰਹਿਣ ਸਮੇਂ 'ਤੇ ਕੇਸ਼ਵਾਨੰਦ ਉਸਦਾ ਹੱਥ ਫੜ ਕੇ ਸਟੀਅਰਿੰਗ ਵੀਲ ਨਾ ਘੁਮਾਉਂਦਾ। ਕਹਾਂ ਰਹਿਤੇ ਹੋ ਅੱਜ ਕੱਲ੍ਹ ਤੋਂ, ਮਰਤੇ ਮਰਤੇ ਬਚੇ ਹੈ ਜਿੰਦਰ, ਕੇਸ਼ਵਾਨੰਦ ਦੇ ਝਿੜਕਦੇ ਹੋਏ ਕਿਹਾ। ਬਸ ਜੀ ਥੋੜ੍ਹਾ ਚਿੰਤ ਰਾਜੀ ਰਹੀ, ਜਿੰਦਰ ਨੇ ਇੰਨਾ ਆਖ ਗੱਡੀ ਨੂੰ ਸੜਕ ਦੇ ਇੱਕ ਪਾਸੇ ਲਾ ਲਿਆ। ਠੀਕ ਆ, ਤੂੰ ਕੁਛ ਦਿਨ ਕੀ ਛੁੱਟੀ ਲੈ ਲਓ, ਜਬ ਠੀਕ ਹੋ ਜਾਓ ਤੋ ਆ ਜਾਣਾ, ਤਬ ਤੱਕ ਮੈਂ ਕਿਸੇ ਔਰ ਕੇ ਸਾਥ ਮੈਨੇਜ ਕਰ ਲੂੰਗਾ। ਔਰ ਇੱਕ ਬਾਤ, ਅਗਰ ਬਿਮਾਰ ਹੈ ਤਾਂ ਡਾਕਟਰ ਕੋ ਮਿਲ ਕਰ ਬਾਤ ਕਰ ਲਓ, ਜੇ ਲਓ ਕੁਛ ਪੈਸੇ ਔਰ ਆਪਣੇ ਪਰਿਵਾਰ ਕੇ ਸਾਥ ਕਹੀਂ ਗੁੰਮ ਆਓ। ਜਿੰਦਰ ਨੂੰ ਕੇਸ਼ਵਾਨੰਦ ਕਹਿੰਦਾ ਹੈ ਅਤੇ ਥੋੜ੍ਹੇ ਪੈਸੇ ਵੀ ਉਸਦੇ ਹੱਥ 'ਤੇ ਧਰਦਾ ਹੈ। ਦੋਨੋਂ ਕੰਮ 'ਤੇ ਪਹੁੰਚ ਕੇ ਜਿੰਦਰ ਘਰ ਵਾਪਸ ਪਰਤ ਗਿਆ। ਪਾਸ਼ੋ ਸਾਰਾ ਦਿਨ ਕਰਨ ਨੂੰ ਸੰਭਾਲਣ ਵਿੱਚ ਲੱਗੀ ਰਹਿੰਦੀ ਸੀ, ਛੇਤੀ ਉਸਦਾ ਜਨਮ ਦਿਨ ਆਉਣ ਵਾਲਾ ਸੀ। ਜਿੰਦਰ ਨੂੰ ਘਰ ਵਾਪਸ ਪਰਤ ਕੇ ਆਇਆ ਵੇਖ ਕੇ ਪਾਸ਼ੋ ਨੇ ਘੜੀ ਵੱਲ ਵੇਖਿਆ ਅਤੇ ਜਿੰਦਰ ਨੂੰ ਛੇਤੀ ਆਉਣ ਦਾ ਕਾਰਨ ਪੁੱਛਿਆ। ਜਿੰਦਰ ਨੇ ਕੋਈ ਵੀ ਚੰਗੀ ਤਰ੍ਹਾਂ ਨਾਲ ਜਵਾਬ ਨਾ ਦਿੱਤਾ, ਸ਼ਾਇਦ ਦਿਲ ਦੀ ਗੱਲ ਸਮਝਾਉਣ ਦੀ ਸਮਰੱਥ ਹੀ ਨਹੀਂ ਸੀ ਉਹ। ਪਾਸ਼ੋ ਵੀ ਉਸਦਾ ਇਸ ਤਰ੍ਹਾਂ ਚੁੱਪ ਰਹਿਣਾ ਤਕਲੀਫ ਦੇ ਰਿਹਾ ਸੀ। ਤੈਨੂੰ ਪਿੰਡ ਦੀ ਯਾਦ ਆ ਰਹੀ ਹੈ ਨਾ? ਨਹੀਂ, ਕਹਿ ਕੇ ਜਿੰਦਰ ਮੰਜੇ 'ਤੇ ਪੈ ਗਿਆ ਜਿਵੇਂ ਬਹੁਤ ਹੀ ਬਿਮਾਰ ਹੁੰਦਾ ਹੈ। ਫਿਰ ਤੂੰ ਮੇਰੇ ਤੋਂ ਲੁਕੋਵੇਂਗਾ, ਮੈਨੂੰ ਨਹੀਂ ਦੱਸੇਗਾ? ਪਾਸ਼ੋ ਨੇ ਬੜੇ ਹੀ ਪਿਆਰ ਨਾਲ ਜਿੰਦਰ ਦੇ ਸਿਰ 'ਤੇ ਹੱਥ ਫੇਰਦੇ ਹੋਏ ਕਿਹਾ। ਮੈਂ ਸੋਚ ਰਿਹਾ ਹੁਣ ਕਰਨ ਨੂੰ ਸਕੂਲੇ ਪਾ ਦੇਈਏ, ਵੇਖੀ ਆਪਣਾ ਪੁੱਤਰ ਵੀ ਆਪਣੀ ਤਰ੍ਹਾਂ ਹੀ ਪੂਰਾ ਹੁਸ਼ਿਆਰ ਹੋਣਾ ਹੈ ਪੜ੍ਹਾਈ 'ਚ। ਜਿੰਦਰ ਗੱਲ ਨੂੰ ਬਦਲਦੇ ਹੋਏ ਬੋਲਿਆ, ਹਾਂ ਇਹ ਵੀ ਸਹੀ ਆ, ਜਿੰਨਾ ਚਿਰ ਇਹ ਸਕੂਲ ਹੋਇਆ ਕਰੇਗਾ ਮੈਂ ਵੀ ਕੋਈ ਕੰਮ ਕਰਨ ਲੱਗ ਜਾਵਾਂਗੀ, ਨਾਲੇ ਤੈਨੂੰ ਪੂਰਾ ਸੌਖਾ ਹੋ ਜਾਊ। ਜਿੰਦਰ ਪਾਸ਼ੋ ਦੀਆਂ ਉਹੀ ਪੁਰਾਣੀਆਂ ਗੱਲਾਂ ਸੁਣ ਕੇ ਥੋੜ੍ਹਾ ਮੁਸਕਰਾ ਪਿਆ ਅਤੇ ਪਾਸ਼ੋ ਨੂੰ ਤਿਆਰ ਹੋਣ ਲਈ ਆਖਿਆ ਅਤੇ ਕਰਨ ਨੂੰ ਵੀ ਤਿਆਰ ਕਰਨ ਲਈ। ਤਿੰਨੋਂ ਜਣੇ ਅੱਜ ਪਹਿਲੀ ਵਾਰ ਕਲਕੱਤੇ 'ਚ ਘੁੰਮਣ ਵਾਲੇ ਸੀ। ਪਾਸ਼ੋ ਅਤੇ ਜਿੰਦਰ ਦੇ ਘਰ ਛੱਡ ਕੇ ਆਉਣ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਸੀ ਕਿ ਉਹ ਆਪਣੇ ਬਾਰੇ ਸੋਚ ਰਹੇ ਸੀ। ਇੱਕ ਟੈਕਸੀ ਲੈਣ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਵਿਕਟੋਰੀਆ ਮੈਮੋਰੀਅਲ ਹਾਲ ਵੇਖਣ ਲਈ ਪਹੁੰਚੇ, ਜੋ ਰਾਣੀ ਵਿਕਟੋਰੀਆ ਦੀ ਯਾਦ 'ਚ ਬਣਾਇਆ ਹੋਇਆ ਹੈ। ਉੱਥੇ ਘੁੰਮਣ ਤੋਂ ਬਾਅਦ ਫਿਰ ਕਲਕੱਤਾ ਦੀ ਈਕੋ ਪਾਰਕ ਵਿੱਚ ਪਹੁੰਚ ਗਏ, ਜਿੱਥੇ 7 ਵੰਡਰ ਨੂੰ ਵੇਖਣ ਦਾ ਮੌਕਾ ਮਿਲਿਆ। ਸ਼ਾਮ ਪਈ ਤਾਂ ਹੁੰਦੇ ਹੀ ਨਦੀ ਉੱਪਰ ਲੇਜ਼ਰ ਸ਼ੋਅ ਨੂੰ ਵੀ ਇੰਜੋਏ ਕੀਤਾ। ਹੁਣ ਜਦ ਹਨੇਰਾ ਹੋਣਾ ਸ਼ੁਰੂ ਹੋ ਗਿਆ ਸੀ ਤਾਂ ਡਿਨਰ ਬਾਹਰ ਹੀ ਕਰਨ ਲਈ ਰੁਕ ਗਏ। ਪਾਸ਼ੋ ਅਤੇ ਜਿੰਦਰ ਦੀ ਜ਼ਿੰਦਗੀ ਦੇ ਸਭ ਤੋਂ ਖੂਬਸੂਰਤ ਘੰਟੇ ਸੀ ਜੋ ਉਹਨਾਂ ਹੱਸਦੇ ਖੇਡਦੇ ਬਿਤਾਏ ਸੀ। ਕੌਣ ਜਾਣਦਾ ਸੀ ਕਿ ਇਸ ਤੋਂ ਬਾਅਦ ਦੋਵਾਂ ਦੀ ਜ਼ਿੰਦਗੀ 'ਚ ਕੀ ਤਬਦੀਲੀ ਹੋ ਜਾਣੀ ਸੀ। ਡਿਨਰ ਕਰਨ ਤੋਂ ਬਾਅਦ ਉਹਨਾਂ ਨੇ ਕੋਈ ਟੈਕਸੀ ਨਹੀਂ ਲਈ ਬਲਕਿ ਰਾਹ ਦੇ ਨਜ਼ਾਰੇ ਨੂੰ ਤੁਰਦੇ ਹੋਏ ਮਾਣਿਆ ਅਤੇ ਹੌਲੀ ਹੌਲੀ ਆਪਣੇ ਘਰ ਪਹੁੰਚ ਗਏ। ਕਹਿੰਦੇ ਨੇ ਜ਼ਿੰਦਗੀ ਨਵੇਂ ਨਵੇਂ ਮੂੜ ਅਤੇ ਨਵੇਂ ਨਵੇਂ ਲੋਕਾਂ ਨਾਲ ਮਿਲਾਉਂਦੀ ਰਹਿੰਦੀ ਆ। ਕਦੇ ਕਦੇ ਸਾਡੇ ਰਿਸ਼ਤੇ ਹੋਏ ਪੁਰਾਣੇ ਜ਼ਖਮਾਂ ਨੂੰ ਵੀ ਲੱਭ ਕੇ ਫਿਰ ਤੋਂ ਰਿਸਾਨ ਲੱਗ ਦਿੰਦੀ ਹੈ। ਫਿਰ ਉਸ ਸਮੇਂ ਪੁਰਾਣੇ ਜ਼ਖਮਾਂ ਦੀ ਤਾਬ ਝੱਲਣੀ ਵੀ ਮੁਸ਼ਕਿਲ ਹੋ ਜਾਂਦੀ ਆ। ਬੰਦਾ ਆਪਣੇ ਆਪ ਨੂੰ ਬਚਾਉਂਦਾ ਫਿਰਦਾ ਹੈ। ਸ਼ਾਇਦ ਜਿੰਦਰ ਵੀ ਬਿਮਾਰ ਨਹੀਂ ਸੀ ਹੋਇਆ, ਬਸ ਆਉਣ ਵਾਲੇ ਖਤਰੇ ਤੋਂ ਬਚ ਰਿਹਾ ਸੀ। ਸ਼ਾਇਦ ਉਹ ਜਾਣ ਗਿਆ ਸੀ ਕਿ ਜਲਦੀ ਪੰਜਾਬ ਤੋਂ ਕੋਈ ਨਾ ਕੋਈ ਉਸ ਤੱਕ ਜ਼ਰੂਰ ਪਹੁੰਚ ਆਵੇਗਾ। ਇਸ ਲਈ ਥੋੜ੍ਹਾ ਸਮਾਂ ਕੰਮ ਤੋਂ ਵਿਹਲਾ ਹੋ ਕੇ ਘਰ ਬੈਠ ਗਿਆ। 2 ਦਿਨ ਬਾਅਦ ਕਰਨ ਦਾ ਜਨਮ ਦਿਨ ਸੀ। ਪਾਸ਼ੋ ਨੇ ਜਿੰਦਰ ਨੂੰ ਉਸਦੇ ਜਨਮ ਦਿਨ ਮਨਾਉਣ ਲਈ ਕੋਈ ਸਮਾਨ ਲੈ ਕੇ ਆਉਣ ਬਾਰੇ ਕਿਹਾ। ਜਦ ਜਿੰਦਰ ਨੇ ਆਪਣੀ ਜੀਭ ਫੋਲੀ ਤਾਂ ਉਹ ਖਾਲੀ ਹੋ ਚੁੱਕੀ ਸੀ। ਹੁਣ ਉਸ ਕੋਲ ਇੱਕੋ ਚਾਰਾ ਸੀ, ਬਾਬੂ ਕੇਸ਼ਵਾਨੰਦ ਕੋਲ ਜਾਣਾ ਅਤੇ ਪੈਸੇ ਉਧਾਰ ਲੈਣਾ। ਉਹ ਪਾਸ਼ੋ ਨੂੰ ਸਮਾਨ ਲੈਣ ਜਾਣ ਬਾਰੇ ਕਹਿ ਕੇ ਆਪ ਕੇਸ਼ਵਾਨੰਦ ਦੇ ਘਰ ਚਲਾ ਜਾਂਦਾ ਹੈ।
क्योंकि अजे उसका कारोबारी स्थान पर जाने का समा नहीं सी होया। जब वह उत्थे जाता तो केशवानंद किसी जरूरी काम कारण जल्दी काम से चला गया सी। हुण जिंदर उत्थे जाने लई तुर पैंदा है। जिंदर के काम से पहुँचते ही जदों केशवानंद नूं मिलता है तो उसनों थोड़ी देर उड़ीक करन दा आख दिंदा है। जदों तो पाशो जिंदर दे नाल कलकत्ते की सैर करके आई सी, उसके दबे हुए उही पुराने जज्बा जाग उठे से जो वह हवेली वेखते हुए सुपने वेखती होंगी सी। उसनों हुण सेती सी अपने बेटे करन नूं स्कूले पढ़ने लाउण दी ते आप ही जिंदर नाल कम करके उसका सहारा बनन दी। पाशो इस बारे शीतल नूं मिलदी ते अपने बेटे की पढ़ाई बारे गल करदी आ। हाँ, पढ़न वाली उम्र तो हो गई है जनाब दी, शीतल करन नूं अपनी गूंज लैंदे हुए कहंदी आ। मैं चाहती सी शीतल तू अपनी मम्मी नाल गल करें तो इसनों उसे स्कूल पढ़ने वास्ते ला देवे। हाँ हाँ बिल्कुल, क्यों नहीं, वैसे भी मम्मी ने एक होर छोटा बेबी मिल जाना अपना दिल लगाने वास्ते। मेरे विआह तो बाद इकल्ले जो हो गए ने। सो ते है एक गल आखा शीतल। हाँ एक नहीं दो, करन दे मूँह विच बिस्कुट पाउंदे हुए शीतल बोलदी आ। जे मेरे लिए भी कोई काम होवे तां देख लवी, भले ही किसी के घर करन लई मिल जावे, थोड़ा झिझकते हुए पाशो बोली। इस चन्ना झिझकन वाली किहड़ी गल आ, जद भी कोई काम मेरी नज़र च आया तो मैं तेनों जरूर दस देवांगी। शीतल की गल ते पाशो खुश हो जाती है ते दो दिन बाद करन दे जन्मदिन बारे भी दसदी आ। तो शीतल चुटकी लैके हसते हुए कहती आ, तेनों अपना जन्मदिन याद आ कि भुल गई। शीतल की गल सुनते ही पाशो नूं आओ अपने पुराने जन्मदिन की याद आ जाते हैं, चेहरे ते एक सुरख लाली भी खिड़ जाती आ। तो पाशो उत्थे उठ के खिड़की विच दी बाहर दिखन लगती है ते बोलती आ, भला पहले प्यार दे हो प्यार भरे पल जब तुसीं बिल्कुल इकल्ले होवो ते सिर्फ अपने दिल की धड़कनां नूं सुन रहे होवो, ओह पल भला किवें भुल जा सकते ने। वह तो हुण भी याद आ जाण, दिल नूं इक खुमारी जिही चढ़ जाती है। इन्ना आख पाशो चुप हो गई। ना ना चुप ना हो, अज ते किन्ने साल बाद मैनूं उही पाशो दोबारा देखण नूं मिली आ, पर यह शायराना अंदाज अज पहली बार वेख्या है। पाशो के बेटे को बैठते बिठाने के बाद शीतल पाशो के कोल खड़ते हुए बोली तो दोवें हसन लग जांदियां ने। अज पाशो के बेटे का जन्मदिन से वह घर में खाने वास्ते अलग अलग पकवान बनाने लगी हुई सी। बाकी समान जो चाहिदा सी वह लैन वास्ते जिंदर जा चुकिया सी। शाम पई ते शीतल ते शेखर भी पहुँच गए सी। शीतल की माँ कोल पढ़न वास्ते आउंदे बच्चे भी करन दे जन्मदिन ते आ गए सी। बस नहीं सी तां जिंदर जो कि समान लैके अजे तक वापस नहीं सी आया। पाशो वार वार घर की कंध लगी घड़ी वल वेख रही सी। रात ही 8 बज चुके सी, पर जिंदर का कोई अता पता नहीं सी कि वह कित्थे चला गया सी। पाशो ने एक अजीब जिहा डर सताउण लग पिया सी। जिंदर कई दिनों तो चुपचाप रहिंदा सी, पता नहीं उसे मन च की चल रहा सी। आखिर जिंदर अज के इन्ने खास दिन ते कित्थे चला गया सी। पाशो दे लई चिंता वधदी जा रही सी। 8 तो 9 बज गए सी ते 9 दे 10 होण वाले सी, पर जिंदर वापस ना आया। पाशो ने शीतल ते उसके पति शेखर नूं जिंदर नूं लभण लई आख्या, क्योंकि कलकत्ते दी जानकारी शेखर नूं ही सी। शीतल जिंदर अजे तक वापस नहीं आया, उहनूं लभ के लै आओ कोई, पाशो रोंदी हुई आखदी आ। तू हौसला ना हार, वो आ जाएगा वापस, हो सकता कोई मिल गया होवे। हुण ते तुहानूं 4 साल हो गए इत्थे रहिंदिआं, चंगी तरह जान पहचान हो चुकी है जिंदर दे लोकां नाल, शीतल पाशो नूं समझाउंदी आ। पर वह कदे भी इन्ना समां नहीं सी लगाउंदा बिना किसी काम तो। जब शिकेशवानंद नाल जाते ने दूर कितने तो जाया करते, पर अज तो पाशो कहिंदी कहिंदी चुप करके बैठ गई कि अज थोड़े दोनों विच कोई गलबात हुई सी। शीतल, नहीं साढ़े दोहां विच ते कुछ नहीं, पर वह किन्ने दिनों तो चुप चाप रहिंदा सी, कदे कदे सुत्ता पिया भी कुछ ना कुछ बोलता रहिंदा सी। तू ये सब मैनूं पहला क्यों नहीं दस्या? मैनूं जरूरी नहीं लग्या, क्योंकि उसने काम तो भी थोड़े दिन की छुट्टी लै रखी सी। मैनू लगा सारा दिन घर वेले रेंदे होण करके उसका दिल नहीं लगता ते नींद नहीं आ। धन्नवाद जी, बाकी कल दी वीडियो जारी रखांगे जी। बने रहो चैनल दे नाल, वीडियो नू लाइक जरूर कर दिओ जी। धन्नवाद।